ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਵੰਤ ਸਿੰਘ ਗੱਗੜਪੁਰੀ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੌਣ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਹਨ। ਅਕਾਲੀ ਆਗੂ ਸਰਦਾਰ ਭਰਪੂਰ ਸਿੰਘ ਮਹਿਤਾਬਗੜ ਦੇ ਧਰਮ ਪਤਨੀ ਬੀਬੀ ਰਾਜਵਿੰਦਰ ਕੌਰ ਜੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਜੌਨ ਮ ਸਿੰਘਨ ਦੇ ਉਮੀਦਵਾਰ ਹਨ। ਬੀਬੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਚੌਣ ਚਰਚਾ ਦੇ ਵਿੱਚ। ਸਤਿ ਸ਼੍ਰੀ ਅਕਾਲ। ਬੀਬੀ ਰਾਜਵਿੰਦਰ ਕੌਰ ਜੀ ਤੁਸੀਂ ਪਿੰਡਾਂ 'ਚ ਵੋਟਾਂ ਮੰਗਣ ਜਾ ਰਹੇ ਹੋ ਲੋਕਾਂ ਦੇ ਕੀ ਕੀ ਮਸਲੇ ਜੋ ਤੁਹਾਨੂੰ ਦੱਸ ਦੇਣ ਕਿ ਤੁਸੀਂ ਜਿੱਤ ਕੇ ਆਉਂਗੇ ਤਾਂ ਸਾਡੇ ਆਹ ਮਸਲੇ ਹੱਲ ਕਰਵਾਓ ਲੋਕਾਂ ਦੇ ਐਦਾਂ ਤਾਂ ਬਹੁਤ ਮਸਲੇ ਨੇ ਪਰ ਸਾਰਿਆਂ ਤੋਂ ਪਹਿਲਾਂ ਜਿਹੜਾ ਮੇਨ ਮਸਲਾ ਆ ਰਿਹਾ ਉਹ ਪਾਣੀ ਦੀ ਨਿਕਾਸੀ ਦਾ ਆ ਰਿਹਾ ਹੈ ਤੇ ਉਹ ਪੈਨਸ਼ਨਾਂ ਦਾ ਵੀ ਹੈਗਾ ਇਹ ਮਸਲਾ ਆਟੇ ਦਾਲ ਦਾ ਵੀ ਹੈਗਾ ਜਿੱਦਾਂ ਤੇ ਹੁਣ ਵਿਆਹ ਕਰਨੇ ਕਿੰਨੇ ਔਖੇ ਹੋ ਗਏ ਨੇ ਆਮ ਲੋਕਾਂ ਨੂੰ ਤੇ ਸਗਨ ਸਕੀਮ ਦਾ ਵੀ ਐਦਾਂ ਕਰਕੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਤੇ ਆਪਾਂ ਚਰਚਾ ਕਰਨਗੇ ਜੇ ਤੁਸੀਂ ਜਿੱਤ ਕੇ ਆਉਂਦੇ ਹੋ ਤਾਂ ਇਹ ਜਿਹੜੇ ਲੋਕ ਮਸਲੇ ਰੱਖਦੇ ਆ ਇਹ ਕਿਵੇਂ ਹੱਲ ਕਰੋਗੇ ਸਰਕਾਰ ਤਾਂ ਸੂਬੇ ਦੇ ਵਿੱਚ ਕਾਂਗਰਸ ਦੀ ਹੈ ਅਸੀਂ ਮਸਲੇ ਲੈ ਕੇ ਜਾਵਾਂਗੇ ਜੀ ਸਰਕਾਰ ਕੋਈ ਵੀ ਹੋਵੇ ਮਸਲਾ ਅਸੀਂ ਅੱਗੇ ਰੱਖਾਂਗੇ ਅਗਰ ਸਾਡੀ ਗੱਲ ਨਹੀਂ ਵੀ ਮੰਨਣਗੇ ਤਾਂ ਅਸੀਂ ਪੂਰਾ ਰੋਲਾ ਪਾਵਾਂਗੇ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਨਹੀਂ ਸੁਣੇਗੀ ਆਮ ਲੋਕਾਂ ਦੀ ਗੱਲ ਤਾਂ ਸੁਣਨੀ ਬਣਦੀ ਆ ਸਰਕਾਰ ਦੀ ਗੱਲ ਏ ਜੇ ਡੀਵੀ ਪਾਰਟੀ ਦੀ ਸਰਕਾਰ ਹੁੰਦੀ ਆ ਉਹ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਜਾਂ ਪੰਚਾਇਤ ਦੇ ਚੋਣਾਂ ਦੇ ਵਿੱਚ ਜ਼ਿਆਦਾਤਰ ਆਪਣਾ ਜੋ ਅਸਰ ਰਸੂਖ ਵਰਤ ਕੇ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਆਪਣਾ ਰਸੂਖ ਵਰਤ ਕੇ ਜਾਂ ਫਿਰ ਧੱਕੇਸ਼ਾਹੀ ਕਰਕੇ ਜਿੱਤਣ ਦੀ ਕੋਸ਼ਿਸ਼ ਕਰਦੇ ਤੁਹਾਨੂੰ ਲੱਗਦਾ ਕਿ ਇਹ ਚੋਣਾਂ ਦੇ ਵਿੱਚ ਵੀ ਕੋਈ ਧੱਕੇਸ਼ਾਹੀ ਹੋ ਸਕਦੀ ਆ ਮੈਨੂੰ ਨਹੀਂ ਲੱਗਦਾ ਕਿ ਆਪਸ 'ਚ ਜਿੱਦਾਂ ਲੋਕ ਰੋਲਾ ਪਾਣਗੇ ਕਿਉਂਕਿ ਆਪਸ 'ਚ ਭਾਈਚਾਰਕ ਭਾਈਚਾਰਕ ਸਾਂਝ ਸਾਰਿਆਂ ਦੀ ਤੇ ਆਪਸ 'ਚ ਪਿਆਰ ਨਾਲ ਰਹਿੰਦੇ ਨੇ ਲੋਕ ਸ਼ਾਂਤੀ ਪਸੰਦ ਲੋਕ ਨੇ ਸਹੀ ਚੋਣਾ ਸਹੀ ਤਰੱਕੇ ਨਾਲ ਹੋ ਨਹੀਂ ਹੋਣੀ ਕੋਈ ਤੱਕੇ ਸਾਈ ਨਹੀਂ ਹੋਣੀ ਜੀ ਤੁਸੀਂ ਜਿਵੇਂ ਇੱਕ ਮਹਿਲਾ ਹੋ ਤਾਂ ਜੋ ਔਰਤਾਂ ਨੇ ਉਹ ਵੀ ਕੋਈ ਆਪਣੇ ਮਸਲੇ ਪਿੰਡਾਂ ਦੇ ਵਿੱਚ ਲੈ ਕੇ ਆਉਂਦੀਆਂ ਨੇ ਬੀਬੀਆਂ ਹੀ ਜ਼ਿਆਦਾ ਮਸਲੇ ਉਠਾਰੀਆਂ ਨੇ ਸਭ ਤੋਂ ਵੱਧ ਤੇ ਮਸਲੇ ਬੀਬੀਆਂ ਨੂੰ ਹੀ ਰੋਜ਼ਮਰਰਾ ਦੀ ਜ਼ਿੰਦਗੀ ਚ ਪ੍ਰੋਬਲਮ ਸਾਹਮਣੇ ਆ ਰਹੀਆਂ ਨੇ ਜਿੱਦਾਂ ਆਟੇ ਦਾਲ ਦਾ ਤੇ ਪਾਣੀ ਦੀ ਨਿਕਾਸੀ ਦਾ ਪੈਂਸਨਾ ਬਿੱਲ ਵੱਧ ਆ ਰਹੇ ਨੇ ਤੇ ਆਮ ਲੋਕ ਕੀ ਕਰਨਗੇ ਕਿੱਦਾਂ ਇਹਨਾਂ ਦੀ ਪ੍ਰੋਬਲਮ ਸੋਲਵ ਹੋਊਗੀ ਜਦੋਂ ਮੈਂ ਜਿੱਤ ਕੇ ਜਾਵਾਂਗੀ ਤਾਂ ਇਹਨਾਂ ਮੁੱਦਿਆਂ ਨੂੰ ਬੜੇ ਜ਼ੋਰ ਦਾ ਟੰਗ ਨਾਲ ਉਠਾਵਾਂਗੀ ਮੈਂ ਜਿੱਤਣ ਤੋਂ ਬਾਅਦ ਸਰਕਾਰ ਅੱਗੇ ਇਹ ਜ਼ੋਰ ਪਾਵਾਂਗੀ ਕਿ ਇੱਥੇ ਕੁੜੀਆਂ ਦੇ ਪੜ੍ਹਨੇ ਵਾਸਤੇ ਵਧੀਆ ਕਾਲਜ ਹੋਵੇ ਜੋ ਕਿ ਕੁੜੀਆਂ ਸਿੱਖਿਆ ਪ੍ਰਾਪਤ ਕਰ ਸਕਣ ਬੀਬੀ ਰਾਜਵਿੰਦਰ ਕੌਰ ਜੀ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੋਟਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਵੋਟਰਾਂ ਨੂੰ ਇਹੀ ਸੁਨੇਹਾ ਦੇਣਾ ਚਾਹੂੰਗੀ ਕਿ ਆਪਾਂ ਨੇ ਸ਼ਾਂਤੀਪੂਰਵਕ ਢੰਗ ਨਾਲ ਚੋਣਾਂ ਲੜਨੀਆਂ ਨੇ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰੀਆਂ ਪਾਰਟੀਆਂ ਦੇ ਵਰਕਰਾਂ ਤੇ ਵੋਟਰਾਂ ਨੂੰ ਇਹੀ ਅਪੀਲ ਕਰਦੀ ਆ ਕਿ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਣ ਤੇ ਆਪਣੀ ਆਪਸੀ ਪਰਿਵਾਰਿਕ ਸਾਂਝ ਬਣਾਈ ਰੱਖਣ ਬੀਬੀ ਰਾਜਵਿੰਦਰ ਕੌਰ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਪ੍ਰੋਗਰਾਮ ਚੋਂ ਚਰਚਾ ਦੇ ਵਿੱਚ ਹਿੱਸਾ ਲਿਆ ਧੰਨਵਾਦ ਧੰਨਵਾਦ ਇਸਨ ਬੀਬੀ ਰਾਜਵਿੰਦਰ ਕੌਰ ਜੀ ਜੋ ਸ਼ਰੋਮਨੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਮਸਿੰਗਨ ਜੋਂ ਦੇ ਉਮੀਦਵਾਰ ਹਨ ਇਸ ਦੇ ਨਾਲ ਹੀ ਦਿਓ ਇਜਾਜ਼ਤ ਅਗਲੇ ਪ੍ਰੋਗਰਾਮ ਚੋਂ ਚਰਚਾ ਦੇ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ ਸਤਿ ਸ਼੍ਰੀ ਅਕਾਲ